ਹੁਣ ਭਾਵੇਂ ਰੱਬ ਨੂੰ ਜਿੰਨੇ ਮਰਜ਼ੀ ਮੱਥੇ ਟੇਕ ਲਓ, ਆ ਬੈਰੀਕੇਡਿੰਗ ਤੋੜਨ ਦੇ ਹਾਲਾਤ ਦੇਖ ਲਓ, ਤਾਂ ਇਹ ਬੈਰੀਕੇਡਿੰਗ ਤੋੜ ਕੇ ਅੱਗੇ ਆਏ ਨੇ ਔਰ ਗੱਡੀ ਫਸ ਗਈ ਹੈ। ਹਾਲਾਂਕਿ ਵਾਰ ਵਾਰ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਇੱਧਰ ਦੀ ਗੱਡੀਆਂ ਨਾ ਪਾਓ। ਸੁਭਾਸ਼ ਚੰਦਰ ਜੀ ਮੌਜੂਦ ਨੇ, ਸਾਰੇ ਬੈਰੀਕੇਡਿੰਗ ਤੋੜ ਕੇ ਅੰਦਰ ਚਲੇ ਗਏ। ਇਹ ਮੰਨਦੇ ਨਹੀਂ, ਅਸੀਂ ਤਾਂ ਇਹਨਾਂ ਨੂੰ ਕਿੰਨੇ ਦਿਨ ਹੋ ਗਏ ਵੀ ਰੋਡ ਬਣਦਾ, ਬਿਲਕੁਲ ਮਿੱਟੀ ਵੀ ਤਾਜ਼ੀ ਪਾਈ ਹੋਈ ਹੈ, ਰੋੜੀ ਪਾਈ ਆ, ਇਹ ਮੰਨਦੇ ਨਹੀਂ ਹੈਗੇ, ਧੱਕਾ ਕਰਦੇ ਨੇ, ਫਿਰ ਇਹ ਆ ਪ੍ਰੋਬਲਮ ਆਉਂਦੀ ਹੈ। ਜਿੰਨਾ ਇੱਕ ਦਿਨ ਪਹਿਲਾਂ ਵੀਡੀਓ ਦਿਖਾਈ ਸੀ, ਆ ਪਾਈਪ ਚੱਕ ਕੇ ਪਿੱਛੇ ਪਿੱਛੇ ਕਰਕੇ ਮੋਟਰਸਾਈਕਲ ਵਾਲੇ ਇੱਧਰ ਦੀ ਜਾਂਦੇ ਨੇ, ਫਿਰ ਬਾਅਦ 'ਚ ਤਕਲੀਫ ਆਉਂਦੀ ਹੈ। ਫਿਰ ਪ੍ਰੋਬਲਮ ਵੀ ਤਾਂ ਹੀ ਆਉਂਦੀ ਨਾ ਜਦੋਂ ਮੰਨਦੇ ਨਹੀਂ, ਦੇਖੋ ਜਦੋਂ ਅਸੀਂ ਮੰਨਣੀ ਨਹੀਂ ਕਿਸੇ ਦੀ ਗੱਲ, ਫਿਰ ਸਾਨੂੰ ਪ੍ਰੋਬਲਮ ਵੀ ਤਾਂ ਹੀ ਆਉਣੀ। ਸਾਹਮਣੇ ਗੱਡੀ ਫਸੀ, ਉਸ ਤੋਂ ਬਾਅਦ ਵੀ ਕੋਈ ਨਹੀਂ ਰੁਕ ਰਿਹਾ, ਬਾਅਦ ਦੇਖੋ ਕਿੱਦਾਂ ਜਾਈ ਜਾਂਦੇ। ਇਹਨਾਂ ਨੂੰ ਰੋਕੀ ਜਾਓ, ਬਸ ਮੈਂ ਇੱਥੇ ਜਾਣਾ, ਮੈਂ ਇੱਥੇ ਜਾਣਾ, ਬਸ ਇਹ ਦੋ ਮਿੰਟ ਜਿੱਦਾਂ ਕਰੀਏ। ਉਹਨਾਂ ਦਾ ਨੁਕਸਾਨ ਵੀ ਕਿੰਨਾ ਹੋ ਗਿਆ ਹੁਣ? ਜ਼ਿਆਦਾ ਨੁਕਸਾਨ ਹੋ ਰਿਹਾ, ਕਾਫੀ ਨੁਕਸਾਨ ਹੋ ਗਿਆ, ਅੱਧਾ ਘੰਟਾ ਬਾਕੀ ਲੋਕਾਂ ਨੂੰ ਵੀ ਖਰਾਬ ਕਰ ਰਹੇ। ਚਲੋ ਠੀਕ ਹੈ ਸਰ, ਤੇ ਤੁਸੀਂ ਪੂਰੀ ਗੱਲਬਾਤ ਸੁਣ ਲਈ ਹੈ ਜੀ। ਇਸੇ ਕਰਕੇ ਅਸੀਂ ਪਹਿਲਾਂ ਵੀ ਵੀਡੀਓ ਬਣਾਈ ਸੀ ਕਿ ਥੋੜ੍ਹਾ ਅਵੋਇਡ ਕਰੋ। ਹਾਲਾਂਕਿ ਉਹ ਡਰਾਈਵਰ ਦਾ ਵੀ ਕਸੂਰ ਨਹੀਂ ਹੈ, ਕਿਉਂਕਿ ਉਹਨਾਂ ਨੇ ਵੀ ਰੋਟੀ ਪਾਣੀ ਤਾਂ ਖਾਣੀ ਹੈ ਨਾ। ਕਸੂਰ ਕਿਸੇ ਦਾ ਨਹੀਂ, ਤਾਂ ਜਿਨ੍ਹਾਂ ਨੇ ਜ਼ਰੂਰੀ ਕੰਮ ਆ ਉਹ ਤੁਰ ਕੇ ਆ ਜਾਓ ਯਾਰ। ਜਿਨ੍ਹਾਂ ਨੂੰ ਮੁਸ਼ਕਿਲ ਆ ਰਹੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਪਲੀਜ਼ ਇਸ ਰੂਟ ਨੂੰ ਥੋੜ੍ਹਾ ਘੱਟ ਯੂਜ਼ ਕਰੋ। ਹੁਣ ਬਾਈ ਤਕਲੀਫ 'ਚ ਬਹੁਤ ਹੈ, ਮੁਸ਼ਕਿਲ ਵਿੱਚ ਹੈ ਬਾਈ। ਆਓ ਜੀ ਉੱਧਰ ਦੀ ਦਿਖਾਉਂਦੇ, ਕਿਉਂਕਿ ਇੱਧਰ ਦੀ ਰਸਤਾ ਤਾਂ ਮਿਲਣਾ ਨਹੀਂ। ਚਲੋ ਹੁਣ ਬੱਚੇ ਦਾ ਤਾਂ ਕੋਈ ਕਸੂਰ ਨਹੀਂ ਹੈ, ਵੋਇਸ ਸਹੀ ਆ ਰਹੀ ਹੈ, ਕਿਉਂਕਿ ਲਾਸਟ ਵੀਡੀਓ 'ਚ ਥੋੜ੍ਹੀ ਵੋਇਸ ਦੀ ਟਰਬਲ ਆਈ ਹੈ। ਅਗਰ ਇਸ ਵਿੱਚ ਵੀ ਵੋਇਸ ਦੀ ਟਰਬਲ ਆਉਂਦੀ ਤਾਂ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸ ਦੇਣਾ ਜੀ। ਬਟ ਆਈ ਥਿੰਕ ਇਹਦੇ 'ਚ ਫਾਈਨ ਹੈ, ਵੋਇਸ ਸਹੀ ਆਈ ਰਹੀ ਹੈ ਜੀ, ਵੋਇਸ ਸਹੀ ਆ ਰਹੀ ਹੈ, ਠੀਕ ਹੈ। ਚਲੋ ਸਾਡੀ ਆਡੀਅੰਸ ਜੁੜੀ ਹੋਈ ਹੈ ਜਿਹੜੀ, ਕਿਉਂਕਿ ਲਾਸਟ ਵੀਅਰ ਵੀਡੀਓ ਵਿੱਚ ਵੋਇਸ ਦੀ ਥੋੜ੍ਹੀ ਟਰਬਲ ਆਈ ਹੈ, ਸਮਟਾਈਮਸ ਰੇਂਜ ਦੀ ਟਰਬਲ ਆ ਜਾਂਦੀ, ਟੈਕਨੀਕਲ ਐਰਰ ਆ ਜਾਂਦਾ। ਵੀਜੇ ਆਪਾਂ ਉਸ ਤਰਫ ਚੱਲਦੇ ਹਾਂ, ਕਿਉਂਕਿ ਹੁਣ ਟਾਇਰ ਦੀ ਘਿਸਰਨ ਦੀ ਬਹੁਤ ਸਮੈਲ ਆ ਰਹੀ ਹੈ, ਉਹਨਾਂ ਟਾਇਰ ਦਾ ਬਹੁਤ ਨੁਕਸਾਨ ਹੋ ਰਿਹਾ। ਆਹ ਦੇਖੋ ਵੀਜੇ, ਦਿਖਾਓ ਹੁਣ ਇਹ ਬਾਈ ਨੇ ਉਹਨੇ ਪੈਸੇ ਕਮਾਉਣੇ ਨਹੀਂ ਜਿੰਨੇ ਨੁਕਸਾਨ ਹੋ ਗਿਆ ਇਹਨਾਂ ਦਾ। ਕਿਹੜਾ ਕਿਹੜਾ ਰੋਡ ਹੈ ਇਹ? ਰੇਲਵੇ ਰੋਡ ਹੈ ਜੀ। ਬਾਈ ਜੀ ਦਾ ਤੁਸੀਂ ਚਿਹਰਾ ਜ਼ਰੂਰ ਦੇਖੋ, ਬਹੁਤ ਪਰੇਸ਼ਾਨ ਨੇ, ਉਹ ਪਿੱਛੇ ਆਟੋ ਵੀ ਫਸ ਗਿਆ ਇੱਕ ਹੋਰ। ਆਓ ਆਓ ਵੀਰੇ, ਉਹ ਆਟੋ ਨਿਕਲ ਗਿਆ, ਬਟ ਮੈਂ ਤੁਹਾਨੂੰ ਪਹਿਲਾਂ ਹੀ ਇੱਕ ਵੀਡੀਓ ਬਣਾ ਕੇ ਦੱਸ ਚੁੱਕਿਆ ਸੀ, ਮੋਹਰੇ ਦੇਖੋ, ਮੋਹਰੇ ਵੀ ਨੁਕਸਾਨੀ ਗਈ ਹੈ ਇਹ ਟਰਬਲ। ਹਾਂ, PV65AY4783 ਮੋਹਾਲੀ ਦਾ ਨੰਬਰ ਹੈ ਜੀ ਇਹ। ਸੋ ਜਿਹੜੇ ਦੂਰ ਦੁਰਾਡਿਓ ਆਉਂਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ, ਬੰਦਾ ਸੋਚਦਾ ਕਿ ਮੈਂ ਕੱਢੇ ਹੀ ਲਊਂਗਾ। ਔਰ ਜਿਹੜੀ ਇਹ ਲੀਕੇਜ ਹੋ ਰਹੀ ਹੈ, ਮੇਰੀ ਜਿੰਨੀ ਕੁ ਗੱਲਬਾਤ ਹੋਈ ਸੀ ਪਹਿਲਾਂ, ਉੱਥੋਂ ਪਤਾ ਲੱਗਿਆ ਸੀ ਕਿ ਪ੍ਰਾਈਵੇਟ ਲੀਕੇਜ ਹੈ ਔਰ ਇੱਥੇ ਆਪ ਹੀ ਪਟਾਕੇ ਬਾਅਦ 'ਚ ਜਿਵੇਂ ਸਾਨੂੰ ਸੁਣਨ 'ਚ ਆਏ ਸੀ। ਆਮ ਨੋਟ ਸ਼ੋਰ, ਦੇਖੋ ਲੜਨਾ ਨਹੀਂ ਹੈ ਬਾਈ, ਲੜਨਾ ਨਹੀਂ ਹੈ, ਲੜਨਾ ਨਹੀਂ ਹੈ ਬਜ਼ੁਰਗੋ, ਲੜਨਾ ਨਹੀਂ ਹੈ, ਲੜਨਾ ਨਹੀਂ ਹੈ, ਇੱਕ ਦੂਜੇ 'ਤੇ ਪੱਥਰ ਨਹੀਂ ਮਾਰਨੇ, ਦੇਖੋ ਲੜਨਾ ਨਹੀਂ ਹੈ, ਹੈਲਪ ਉਹਨਾਂ ਦੀ ਮਦਦ ਕਰ ਦਿਓ, ਜੇ ਕਰਨੀ ਹੈ ਤਾਂ ਲੜੋ ਨਾ। ਅਸੀਂ ਵੀ ਉਹਨੇ ਵੀਡੀਓ ਬੰਦ ਕਰਕੇ ਅਸੀਂ ਬਾਈ ਦੀ ਮਦਦ ਕਰਦੇ ਹਾਂ, ਪਰੇਸ਼ਾਨ ਨੇ ਉਹ, ਲਫੜੋ ਯਾਰ ਮੈਨੂੰ ਸੱਦ ਦੇ ਪਏ। ਉਹ ਪਹੁੰਚ ਗਿਆ ਬੰਦਾ ਸਾਡਾ, ਦੇਖੋ ਜੀ ਗੱਡੀ ਕੱਢਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ, ਲਾ ਦਿਓ ਧੱਕਾ ਜ਼ੋਰ ਨਾਲ। ਬੜੀ ਬੁਰੀ ਤਰੀਕੇ ਨਾਲ, ਬੜੀ ਬੁਰੀ ਤਰੀਕੇ ਨਾਲ ਗੱਡੀ ਫਸ ਚੁੱਕੀ ਹੈ, ਇੱਦਾਂ ਗੱਡੀ ਨਹੀਂ ਨਿਕਲਣੀ ਦੀ, ਇਹ ਟਰੈਕਟਰ ਹੀ ਮੰਗਾਉਣਾ ਪੈਣਾ ਜਿੱਥੇ ਤੱਕ ਮੈਨੂੰ ਲੱਗਦਾ, ਕਿਉਂਕਿ ਪਿੱਛੇ ਵੀ ਲੋਡ ਬਹੁਤ ਜ਼ਿਆਦਾ ਹੈ, ਲੋਡ ਜ਼ਿਆਦਾ ਹੈ, ਆਹੋ ਪਿੱਛੇ ਲੋਡ ਹੈ ਉਹਨਾਂ ਦੇ, ਇਹ ਦਿਖਾਉਣਾ ਪੈਣਾ। ਆਹ ਵੀ ਜੀ ਇੱਕ ਸੈਕਿੰਡ ਇੱਧਰ ਆਓ, ਪਹਿਲਾਂ ਆਪਾਂ ਉੱਧਰ ਗੱਲ ਕਰਦੇ ਹਾਂ, ਮੇਰੇ ਖਿਆਲ ਇਹਦਾ ਧੱਸਣ ਦਾ ਕਾਰਨ ਕੀ ਹੈ ਪਹਿਲਾਂ ਉਹ ਸਮਝੀਏ। ਸ਼ੁਕਰੀਆ ਸ਼ੁਕਰੀਆ ਬਾਈ ਜੀ, ਪਾਣੀ ਪਿਆ ਇੱਥੇ, ਹੋਰ ਕੀ ਹੋਣਾ, ਧੱਸਣ ਦਾ ਕਾਰਨ ਇਹੀ ਹੈ ਕਿ ਪਾਣੀ ਹੈ, ਪਾਣੀ ਨਾਲ ਹੀ ਹੋਇਆ ਕੰਮ ਸਰ। ਚਲੋ ਕੋਈ ਨਹੀਂ, ਠੇਕੇਦਾਰ ਨਾਲ ਅੱਜ ਫਿਰ ਤੋਂ ਗੱਲ ਕਰਾਂਗੇ, ਲਾਸਟ ਟਾਈਮ ਉਹਨਾਂ ਨੇ ਆਪਣੇ ਖਦਸ਼ੇ ਦੱਸੇ ਸੀਗੇ, ਉਹਨਾਂ ਨੇ ਲਾਸਟ ਟਾਈਮ ਆਪਣੇ ਖਦਸ਼ੇ ਦੱਸੇ ਸੀਗੇ। ਅੱਛਾ ਬਾਈ ਜੀ, ਤੁਸੀਂ ਪਿਛਲੀ ਵਾਰ ਗੱਲ ਕੀਤੀ ਸੀ, ਕਹਿੰਦੇ ਰੱਬਾ ਹੀ ਦੱਸੂਗਾ, ਹੁਣ ਲੱਭ ਗਿਆ ਪਾਈਪ ਕਿ ਨਹੀਂ ਲੱਭਿਆ? ਲੋਕਾਂ ਦੇ ਕਹਿੰਦੇ ਪਰਸਨਲ ਆ, ਪਿਛਲੀ ਵਾਰ ਇਹਨਾਂ ਨੂੰ ਮਿਲੇ ਸੀ ਤਾਂ ਕਹਿੰਦੇ ਰੱਬ ਦੱਸ ਸਕਦਾ, ਸ਼ਾਇਦ ਰੱਬ ਬੋਰਡ ਪਿਆ ਹੁਣ, ਪਾਈਪ ਪ੍ਰਾਈਵੇਟ ਨੇ ਕਹਿੰਦੇ ਸਾਰੇ, ਔਰ ਗਲ ਚੁੱਕੇ ਨੇ ਪਾਈਪ।
ਪਾਈਪਾਂ ਦਾ ਇਹ ਹਾਲ ਹੈ ਜਿਵੇਂ 500 ਸਾਲ ਪੁਰਾਣੇ ਹੁੰਦੇ ਨੇ। ਫਿਰ ਤੋਂ ਬੇਨਤੀ ਇੰਨੀ ਹੈ ਕਿ ਜਿਨ੍ਹਾਂ ਨੇ ਇੱਧਰ ਆਉਣਾ ਨਾ ਆਓ, ਬਿਨਾਂ ਮਤਲਬ ਤੋਂ ਨਾ ਆਓ। ਹਾਲ ਹੈ ਕਿ ਪਿੱਛੇ ਬਹੁਤ ਟ੍ਰੈਫਿਕ ਲੱਗਿਆ ਹੋਇਆ। ਹੁਣ ਬਾਈ ਆਇਆ ਮੇਰੇ ਖਿਆਲ ਮੋਹਾਲੀ ਤੋਂ, PV 65 ਨੰਬਰ ਹੈ, ਲੇਕਿਨ ਬਹੁਤ ਟ੍ਰਬਲ ਜਿਹਾ। ਉਹ ਗੱਡੀ ਦਾ ਰਿਮ ਵੀ ਮੇਰੇ ਇੱਧਰ ਨੁਕਸਾਨਿਆ ਗਿਆ, ਉਹਨਾਂ ਦਾ ਰਿਮ ਵੀ ਨੁਕਸਾਨਿਆ ਗਿਆ। ਤਾਂ ਪਿੱਛੇ ਲੋਡ ਹੈ ਬਾਈ ਜੀ, ਪਿੱਛੇ ਖਾਲੀ ਆ ਕਹਿੰਦੇ, ਇਹ ਨਿਕਲ ਫਿਰ ਨਿਕਲਣੀ ਚਾਹੀਦੀ ਹੈ। ਮੈਨੂੰ ਲੱਗਦਾ ਲੋਡ ਹੈ ਥੋੜ੍ਹਾ ਜਿਹਾ, ਪਰ ਵੈਸੇ ਵੀ ਗੱਡੀ ਹੈਵੀ ਹੈ। ਲੋਕਾਂ ਨੂੰ ਬੇਨਤੀ ਕਰ ਦਿਓ ਕਿ ਇੱਧਰ ਦੀ ਘੱਟ ਨਿਕਲਣ। ਉਹ ਹਟਦੇ ਨਹੀਂ, ਰੋਕ ਕਿਆ ਕਰੀਏ ਇਹਨਾਂ ਦਾ, ਕੋਈ ਰੁਕਣ ਤਾਂ ਹਟਦੇ ਨਹੀਂ। ਫੋਨ ਵੱਜਦਾ ਤੁਹਾਡਾ, ਗਾਣਾ ਕਿਹੜਾ ਸੁਣਾਓ? ਦਰਸ਼ਨ ਕਰਕੇ ਤੇਰੇ ਇਹ ਬੜੇ ਰੰਗਲੇ ਨੇ, ਸਾਨੂੰ ਹਮੇਸ਼ਾ ਮਿਲਦੇ ਰਹਿੰਦੇ ਨੇ, ਰਿਕਸ਼ਾ ਚਲਾਉਂਦੇ ਨੇ। ਹੁਣ ਇਹਦੇ 'ਚ ਹੱਲ ਨਜ਼ਰ ਨਹੀਂ ਆ ਰਿਹਾ, ਫਿਰ ਵੀ ਜੇ ਕੋਈ ਆ ਕੇ ਮਦਦ ਕਰਨੀ ਚਾਹੁੰਦਾ, ਕੋਈ ਟਰੈਕਟਰ ਨਾਲ ਟੋਚਨ ਪਾ ਕੇ ਇਹਨੂੰ ਕੱਢ ਦੇਵੇ ਤਾਂ ਬੜੀ ਮਿਹਰਬਾਨੀ ਜ਼ਰੂਰ। ਗੱਡੀ ਨਾਲ ਟੋਚਨ ਪਾ ਕੇ ਨਿਕਲ ਜਾਊ, ਗੱਡੀ ਨਾਲ ਟੋਚਨ ਪਾ ਕੇ ਨਿਕਲ ਜਾਊ। ਪਿੱਛੇ ਰੋਡ ਵੀ ਖਾਲੀ ਹੋਣਾ ਚਾਹੀਦਾ, ਬਾਈਕ ਸਵਾਰ ਨੂੰ ਵੀ ਦਿੱਕਤ ਆ ਰਹੀ ਹੈ। ਫਿਰ ਤੋਂ ਲਾਸਟਲੀ ਬੇਨਤੀ ਕਰਦੇ ਹਾਂ, ਕਿਉਂਕਿ ਹੋਰ ਕਿ ਹਾਂ ਉਹ ਮਦਦ ਕਰ ਰਹੇ ਆ, ਨਹੀਂ ਤਾਂ ਮੈਂ ਕਿਹਾ ਆਪਾਂ ਲੈ ਕੇ ਆਈਏ ਜੀ। ਬੇਨਤੀ ਇੰਨੀ ਆ ਕੇ ਜੀ, ਪਲੀਜ਼ ਪਰਹੇਜ਼ ਕਰੋ, ਗੁਰੇਜ਼ ਕਰੋ, ਔਰ ਸੜਕ ਬਣਾਉਣ ਵਾਲੇ ਕੰਮ ਤੇਜ਼ ਕਰੋ। ਤੁਸੀਂ ਆਉਣ ਤੋਂ ਪਰਹੇਜ਼ ਕਰੋ, ਗੁਰੇਜ਼ ਕਰੋ, ਸੜਕ ਬਣਾਉਣ ਵਾਲੇ ਕੰਮ ਤੇਜ਼ ਕਰੋ, ਤਾਂ ਹੀ ਮਸਲਾ ਹੱਲ ਹੋਣਾ। ਬਾਈ ਜੀ ਹੁਣੀ ਹੈਲਪ ਕਰ ਰਹੇ ਨੇ, ਬਹੁਤ ਸ਼ੁਕਰੀਆ ਇਹਨਾਂ ਦਾ। ਸੰਗਲ ਮੰਗ ਰਹੇ ਨੇ ਜੀ ਜੀ, ਸੰਗਲ ਦੇ ਨਾਲ ਹੀ ਇਹਨਾਂ ਦਾ ਜਿਹੜਾ ਮਸਲਾ ਹੱਲ ਹੋਣਾ ਹੈ। ਸੰਗਲ ਬਰੀਕ ਕਹਿ ਰਹੇ ਨੇ, ਬਟ ਫਿਰ ਵੀ ਥੋੜ੍ਹਾ ਹੈਲਪ ਤਾਂ ਹੋਏਗੀ। ਆਹ ਮਾਈਕ ਫੜੋ, ਮੈਂ ਮਾੜਾ ਦੇਖਦਾ ਸਿਚੁਏਸ਼ਨ। ਨਵਾਂਸ਼ਹਿਰ ਰੇਲਵੇ ਰੋਡ 'ਤੇ ਤਸਵੀਰਾਂ ਦੇਖ ਰਹੇ ਹੋ ਅਸੀਂ, ਨਵਾਂਸ਼ਹਿਰ ਰੇਲਵੇ ਰੋਡ ਤੋਂ ਤਸਵੀਰਾਂ ਦੇਖ ਰਹੇ ਹੋ। ਸੜਕ ਗਿੱਲੀ ਹੋਣ ਕਾਰਨ ਧਸ ਗਈ ਹੈ। ਜਿਹੜੀ ਚੀਜ਼ ਦਾ ਡਰ ਸੀ ਉਹੀ ਹੋਇਆ। ਮੈਂ ਪਹਿਲਾਂ ਦੱਸਿਆ ਸੀ ਕਿ ਸੰਗਲ ਜਿਹੜਾ ਹੈ ਬਰੀਕ ਵਾ, ਬਰੀਕ ਆ, ਉਹੀ ਗੱਲ ਹੋਈ ਹੈ। ਸੰਗਲ ਟੁੱਟ ਗਿਆ, ਸੰਗਲ ਬਰੀਕ ਹੈ, ਸੰਗਲ ਹਲਕਾ, ਸੰਗਲ ਹਲਕਾ ਹੈ, ਸੰਗਲ ਟੁੱਟ ਗਿਆ, ਤੁਸੀਂ ਦੇਖ ਸਕਦੇ ਹੋ। ਜੇ ਕੋਈ ਨੇੜੇ ਤੇੜੇ ਦੇਖ ਰਿਹਾ ਜੀ, ਕਿਉਂਕਿ ਸ਼ਹਿਰ ਦੇ ਵਾਸੀ ਸਾਰੇ ਦੇਖਦੇ ਆ ਨੇ, ਪਿਆਰ ਕਰਦੇ ਨੇ, ਜੇ ਕੋਈ ਨੇੜੇ ਤੇੜੇ ਸੰਗਲ ਅਵੇਲੇਬਲ ਕਰਾ ਦੇ ਤਾਂ ਬੜੀ ਮਿਹਰਬਾਨੀ। ਬਾਈ ਜੀ ਨੇ ਰਸਾ ਕੱਢਿਆ, ਹਾਂ ਹੁਣ ਰਸਾ ਕੱਢਿਆ ਗਿਆ ਜੀ। ਦੇਖੋ ਪਹਿਲਾਂ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਸੀ, ਉਹ ਅੱਗੇ ਚਲੇ ਗਏ, ਸ਼ਾਇਦ ਪੈਟਰੋਲਿੰਗ 'ਤੇ ਜਾਣਾ ਸੀ, ਪਰ ਇੱਥੇ ਰਾਈਟ ਨਾਓ ਬਹੁਤ ਜ਼ਰੂਰਤ ਹੈ, ਇੱਥੇ ਕੋਈ ਪੁਲਿਸ ਮੁਲਾਜ਼ਮ ਡਿਪਲੋਏ ਕਰਨਾ ਚਾਹੀਦਾ। ਸੋ ਰਾਈਟ ਨਾਓ ਇੱਥੇ ਸਿਚੁਏਸ਼ਨ, ਕੋਈ ਕਿਸੇ ਦਾ ਕੋਈ ਹੋਰ ਹਾਦਸਾ ਨਾ ਹੋ ਜਾਵੇ, ਇਸ ਕਰਕੇ ਇੱਥੇ ਜ਼ਰੂਰ ਇੱਕ ਪੁਲਿਸ। ਭਾਜੀ ਦੂਜੇ ਪਾਸੇ ਚਲੇ ਜਾਓ, ਤੰਗੀ ਆਏਗੀ ਤੁਹਾਨੂੰ, ਬਾਜ਼ਾਰ 'ਚ ਹੀ ਚਲੇ ਜਾਓ। ਹੁਣ ਇੱਥੇ ਪੁਲਿਸ ਪ੍ਰਸ਼ਾਸਨ ਜ਼ਰੂਰ ਕੋਈ ਇੱਥੇ ਹੋਣਾ ਚਾਹੀਦਾ। ਫੜੀ ਆਓ, ਆਓ ਮੋਹਰੇ ਧੱਕਾ ਲੈਂਦੇ ਹਾਂ ਜੀ, ਆਓ ਆਹ ਭਾਈ ਸਾਹਿਬ ਨੇ ਜਿਹੜੇ ਗੱਡੀ ਲੈ ਕੇ ਆਏ ਨੇ, ਤੁਸੀਂ ਛੋਟਾ ਹਾਥੀ ਲੈ ਕੇ ਆਏ ਗੱਡੀ ਕਢਾਉਣ ਲਈ ਧੱਕਾ ਲਾਇਆ ਜਾ ਰਿਹਾ ਹੈ, ਲੱਗਦਾ ਗੱਡੀ ਨਿਕਲ ਜਾਏਗੀ। ਇੱਕ ਟਾਇਰ ਨਿਕਲ ਗਿਆ, ਆ ਲਓ ਜੀ ਨਿਕਲ ਗਈ। ਸੋ ਇਹਨਾਂ ਬਾਈ ਜੀ ਦਾ ਮੈਂ ਜ਼ਰੂਰ ਥੈਂਕ ਯੂ ਕਰਨਾ ਚਾਹੁੰਗਾ, ਬਾਈ ਜੀ ਬਹੁਤ ਮਿਹਰਬਾਨੀ, ਕਿਉਂਕਿ ਭਾਵ ਨਾਲ ਹੀ ਜਿਹੜੀ ਸੇਵਾ ਹੁੰਦੀ ਹੈ।
ਪਰਨਿਸ਼ਵਲ ਸੇਵਾ ਕੀਤੀ ਹੈ, ਕਿਸੇ ਦੀ ਮਦਦ ਕਰਨੀ ਬਹੁਤ ਵਧੀਆ ਗੱਲ ਹੈ ਜੀ, ਪਰ ਜਿਹੜਾ ਆਹ ਕੰਮ ਚੱਲ ਰਿਹਾ ਨਾ ਇਹਨੂੰ ਕੰਪਲੀਟ ਜਲਦੀ ਕਰਨਾ ਚਾਹੀਦਾ। ਪਰ ਜਨਤਾ ਨੂੰ ਵੀ ਪਰਹੇਜ਼ ਕਰਨਾ ਚਾਹੀਦਾ ਨਾ, ਜਨਤਾ ਨੂੰ ਚਲੋ ਪਰਹੇਜ਼ ਤਾਂ ਕਰਨਾ ਚਾਹੀਦਾ, ਪਰ ਸਰ ਜਿਹੜੇ ਕੰਮ ਹੈ ਨਾ ਜਿਹੜੇ ਇਸ ਰੋਡ ਤੋਂ ਹੋਣੇ ਆ ਉਹ ਬਾਜ਼ਾਰ ਦੇ ਵਿੱਚੋਂ ਨਹੀਂ ਹੋ ਪਾ ਰਹੇ, ਕਿਉਂਕਿ ਅੰਦਰ ਟ੍ਰੈਫਿਕ ਬਹੁਤ ਜ਼ਿਆਦਾ ਜਾਮ ਹੋ ਰਹੀ ਆ, ਬਹੁਤ ਛੋਟੀਆਂ ਨੇ ਗਲੀਆਂ, ਛੋਟੀਆਂ ਨੇ, ਆਲੇ ਦੁਆਲੇ ਦੁਕਾਨਾਂ ਵਾਲਿਆਂ ਨੇ ਆਪਣਾ ਸਮਾਨ ਅੰਦਰ ਸੜਕ ਦੇ ਵਿੱਚ ਕੀਤਾ ਹੁੰਦਾ ਹੈ ਜਿਹਦੇ ਕਰਕੇ ਦਿੱਕਤ ਆਉਂਦੀ ਆ ਲੰਘਣ ਵਾਲਿਆਂ ਨੂੰ। ਤੁਸੀਂ ਕਿੱਥੋਂ ਆਏ ਤੇ ਕਿੱਥੇ ਜਾਣਾ ਜੀ? ਸਰ ਮੇਰਾ ਆਪਣਾ ਇਹ ਸਤਲ ਟੈਂਟ ਆਪਣਾ ਹੈ ਜੀ। ਅੱਛਾ ਜੀ, ਤੇ ਮੈਂ ਇਧਰ ਸਮਾਨ ਦੇ ਕੇ ਆ ਰਿਹਾ ਸੀ। ਅਸੀਂ ਵੈਸੇ ਪ੍ਰਮੋਸ਼ਨ ਨਹੀਂ ਕਰਦੇ ਭਾਜੀ, ਉਹਨਾਂ ਦੀ ਜ਼ਰੂਰ ਕਰਾਂਗੇ, ਜਿਹੜੇ ਨਿਸ਼ਫਲ ਸੇਵਾ ਕਰਦੇ ਨੇ ਹਿਊਮੈਨਿਟੀ ਦੇ ਨੇੜੇ ਨੇ, ਉਹਨਾਂ ਦੀ ਜ਼ਰੂਰ ਅਸੀਂ ਵਾਹ ਵਾਹ ਜਿਹੜੀ ਕਰਦੇ ਹਾਂ ਉਹਨਾਂ ਦਾ ਕਦਰ ਕਰਨੀ ਚਾਹੀਦੀ, ਸਤਿਕਾਰ ਬਣਦਾ। ਬਾਈ ਜੀ ਬਹੁਤ ਬਹੁਤ ਸ਼ੁਕਰੀਆ। ਓਕੇ ਸਰ, ਥੈਂਕ ਯੂ। ਠੀਕ ਹੈ ਜੀ ਬਾਈ ਜੀ, ਉਹਨਾਂ ਦਾ ਸਤਿਕਾਰ ਹੈ। ਇੱਥੇ ਹੁਣ ਟ੍ਰੈਫਿਕ ਦੇ ਹਾਲਾਤ ਵੀ ਦਿਖਾ ਦਿਓ ਵੀਰੇ, ਸੜਕ ਦੇ ਕਾਰਨ ਟ੍ਰੈਫਿਕ ਦੇ ਹਾਲਾਤ ਦੇਖ ਲਓ। ਉਹ ਬਾਈ ਤੁਹਾਨੂੰ ਨਾ ਰਾਤ ਨੂੰ ਟਕਾ ਨਾ ਦੇਣੇ, ਥੋੜ੍ਹੀ ਸਬਰ ਕਰੋ। ਇਹ ਟ੍ਰੈਫਿਕ ਦੇ ਹਾਲਾਤ ਬਣ ਗਏ ਨੇ ਇੱਥੇ, ਇੱਥੇ ਡੈਫੀਨੇਟਲੀ ਡਿਪਲੋਇਮੈਂਟ ਚਾਹੀਦੀ ਹੈ ਕਿਸੇ ਪੁਲਿਸ ਕਰਮਚਾਰੀ ਦੀ। ਔਰ ਦੇਖੋ ਸੱਚੇ ਲੋਕ ਵੀ ਨੇ, ਉਹ ਦੇਖੋ ਸਰਦਾਰ ਜੀ ਮਦਦ ਕਰ ਰਹੇ ਨੇ, ਤਾਂ ਇਸੇ ਤਰ੍ਹਾਂ ਇੱਥੇ ਅਗਰ ਪੁਲਿਸ ਪ੍ਰਸ਼ਾਸਨ ਦਾ ਕੋਈ ਵਿਅਕਤੀ ਡਿਪਲੋਏ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਬਲੋਕੇਜ ਹੋਵੇ, ਇਸ ਤਰ੍ਹਾਂ ਗੱਡੀਆਂ ਫਸਣ, ਇਸ ਤਰ੍ਹਾਂ ਟ੍ਰੈਫਿਕ ਲੱਗੇਗਾ। ਇੱਥੇ ਹੁਣ ਅਗਰ ਐਂਬੂਲੈਂਸ ਆ ਜਾਂਦੀ ਹੈ, ਕਿਸੇ ਨੂੰ ਐਮਰਜੈਂਸੀ ਆ ਜਾਂਦੀ, ਐਂਬੂਲੈਂਸ ਆ ਜਾਂਦਾ, ਹੂ ਵਿਲ ਬੀ ਰਿਸਪੋਂਸੀਬਲ? ਰਿਸਪੋਂਸੀਬਲ ਕੌਣ ਹੈ? ਇੱਥੇ ਡੈਫੀਨੇਟਲੀ ਡਿਪਲੋਇਮੈਂਟ ਚਾਹੀਦੀ ਹੈ ਤਾਂ ਕਿ ਐਂਬੂਲੈਂਸ ਨੂੰ ਵੀ ਰਸਤਾ ਮਿਲ ਸਕੇ, ਕਿਉਂਕਿ ਇਹੀ ਰੂਟ ਹੈ। ਅਗਰ ਕਿਸੇ ਨੂੰ DMC ਭੇਜਣਾ ਹੈ ਤਾਂ ਇਹੀ ਰੂਟ ਹੈ, ਸਿੱਧਾ ਜਾਂਦਾ। ਹੁਣ ਆਹ ਤਾਂ ਬੰਦ ਹੈ ਰੇਲਵੇ ਰੋਡ ਵਾਲਾ, ਤਾਂ ਇੱਥੇ ਡੈਫੀਨੇਟਲੀ ਡਿਪਲੋਇਮੈਂਟ ਜ਼ਰੂਰ ਹੋਣੀ ਚਾਹੀਦੀ ਹੈ। ਇਹ ਬੇਨਤੀ ਮੰਨ ਲਓ, ਇਹ ਆਮ ਜਨਤਾ ਦੀ ਹਦਾਇਤ ਮੰਨ ਲਓ, ਜਿਵੇਂ ਮਰਜ਼ੀ ਮੰਨ ਲਓ, ਇੱਥੇ ਡਿਪਲੋਇਮੈਂਟ ਬਹੁਤ ਨੈਸੈਸਰੀ ਆ ਅੰਟਿਲ ਇਹ ਰੋਡ ਕੰਪਲੀਟ ਨਹੀਂ ਹੁੰਦਾ। ਔਰ ਠੇਕੇਦਾਰ ਨੂੰ ਬੇਨਤੀ ਹੈ ਕਿ ਰੋਡ ਨੂੰ ਜਲਦੀ ਤੋਂ ਜਲਦੀ ਬਣਾਉਣ। ਅਗਰ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਤਾਂ ਕੈਮਰੇ ਦੇ ਅੱਗੇ ਆ ਕੇ ਜ਼ਰੂਰ ਦੱਸਣ, ਕਿਉਂਕਿ ਹੁਣ ਸਾਰੇ ਸਵਾਲ ਪੁੱਛ ਰਹੇ ਨੇ। ਜਿਵੇਂ ਉਹਨਾਂ ਨਾਲ ਮੇਰੀ ਪਹਿਲਾਂ ਵੀ ਗੱਲ ਹੋਈ ਸੀ, ਦੱਸ ਦਿੱਤੀ ਕਿ ਮੈਨੂੰ ਪਰੇਸ਼ਾਨੀ ਆ ਰਹੀ। ਅਗਰ ਕੋਈ ਪਰੇਸ਼ਾਨੀ ਹੈ ਤਾਂ ਆ ਕੇ ਜ਼ਰੂਰ ਦੱਸੋ, ਜਨਤਾ ਦੀ ਕਚਹਿਰੀ 'ਚ ਦੱਸੋ, ਕਿਉਂਕਿ ਇਹ ਪ੍ਰਾਈਵੇਟ ਪਾਈਪ ਲਾਈਨ ਹੈ ਸਾਰੀ, ਪ੍ਰਾਈਵੇਟ ਟੂਟੀਆਂ ਦੀ ਗੱਲ ਉਹ ਕਰਦੇ ਨੇ। ਸੋ ਇਸ ਕਰਕੇ ਉਹ ਵੀ ਚੰਗੀ ਗੱਲ ਹੈ, ਉਹਨੂੰ ਪੂਰ ਰਹੇ ਨੇ ਤਾਂ ਕਿ ਕਿਸੇ ਹੋਰ ਨੂੰ ਦਿੱਕਤ ਪਰੇਸ਼ਾਨੀ ਨਾ ਆਵੇ। ਪਰ ਗੱਡੀਆਂ ਨਹੀਂ ਰੁਕ ਰਹੀਆਂ, ਔਰ ਆਮ ਵਿਅਕਤੀ ਕਰਨ ਵੀ ਤਾਂ ਕੀ ਕਰਨ, ਕਿਵੇਂ ਜਾਣਗੇ? ਹੁਣ ਜਿਨ੍ਹਾਂ ਨੇ ਇੱਧਰ ਜਾਣਾ, ਦੇਖੋ ਸੜਕ ਦੇ ਗੱਭੇ ਰੁਕੇ ਹੋਏ ਨੇ ਅਤੇ ਟ੍ਰੈਫਿਕ ਫਿਰ ਲੱਗ ਜਾਂਦਾ। ਇਸ ਕਰਕੇ ਡਿਪਲੋਇਮੈਂਟ ਇਜ਼ ਮਸਟ ਓਵਰ ਹੇਅਰ, ਔਰ ਇਹ ਰੂਟ ਨੂੰ ਮੇਰੇ ਹਿਸਾਬ ਨਾਲ ਬੰਦ ਹੀ ਕਰ ਦਿੱਤਾ ਜਾਣਾ ਚਾਹੀਦਾ, ਕਿਉਂਕਿ ਪਿੱਛੇ ਦੇਖੋ ਟ੍ਰੈਫਿਕ ਲੱਗ ਜਾਂਦਾ, ਲੰਬਾ ਟ੍ਰੈਫਿਕ ਲੱਗ ਜਾਂਦਾ। ਇਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਰੂਰ ਇੱਥੇ ਜਿਹੜਾ ਕੋਈ ਨਾ ਕੋਈ ਪੁਲਿਸ ਪ੍ਰਸ਼ਾਸਨ ਦਾ ਵਿਅਕਤੀ ਹੋਣਾ ਚਾਹੀਦਾ। ਆਹ ਭਾਜੀ ਸਮਝਦਾਰੀ ਕਰ ਰਹੇ ਨੇ, ਵਾਪਸ ਜਾ ਰਹੇ ਨੇ ਜੀ। ਸੋ ਆਈ ਥਿੰਕ ਕਿ ਤੁਸੀਂ ਸਾਰੀ ਵੀਡੀਓ ਤੋਂ ਸਮਝ ਹੀ ਗਏ ਕਿ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਜੀ। ਵਜੇ ਕੁਛ ਕਹਿਣਾ ਚਾਹੁੰਦੇ ਹੋ, ਕਮੈਂਟ ਕੋਈ ਆ ਰਹੇ ਨੇ ਤਾਂ ਲੈ ਲੈਂਦੇ। ਹਾਂ, ਸਾਰੇ ਕਮੈਂਟ 'ਚ ਵੀ ਕਹਿ ਰਹੇ ਨੇ ਕਿ ਪੁਲਿਸ ਪ੍ਰਸ਼ਾਸਨ ਤੋਂ ਡਿਪਲੋਇਮੈਂਟ ਜ਼ਰੂਰ ਚਾਹੀਦੀ ਹੈ ਇੱਥੇ, ਕੋਈ ਨਾ ਕੋਈ ਇੱਥੇ ਪੁਲਿਸ ਪ੍ਰਸ਼ਾਸਨ ਤੋਂ ਜ਼ਰੂਰ ਕਰਮਚਾਰੀ ਹੋਣਾ ਚਾਹੀਦਾ, ਮੁਲਾਜ਼ਮ ਹੋਣਾ ਚਾਹੀਦਾ, ਤਾਂ ਕਿ ਉਹ ਬਾਕੀਆਂ ਨੂੰ ਰਸਤਾ ਸਮਝਾ ਸਕਣ, ਦਿਖਾ ਸਕਣ। ਜਿੱਦਾਂ ਇਹ ਰੋਡ 'ਤੇ ਟ੍ਰੈਫਿਕ ਤੁਹਾਨੂੰ ਇੱਦਾਂ ਮਿਲੇਗਾ ਆਉਣ ਵਾਲੇ ਅਗਲੇ ਕਾਫੀ ਸਮੇਂ ਤੱਕ, ਜਦ ਤੱਕ ਸੜਕ ਨਹੀਂ ਬਣਦੀ। ਮੈਂ ਕਾਫੀ ਸਮਾਂ ਤਾਂ ਕਹਿ ਰਿਹਾ ਕਿਉਂਕਿ ਪੰਡੋਰੇ ਮਹੱਲੇ ਤੋਂ ਪਿਛਲੀ ਸੜਕ ਨੂੰ ਵੀ ਕਾਫੀ ਦਿਨ ਲੱਗ ਗਏ ਸੀ, ਲੋਕ ਪਰੇਸ਼ਾਨ ਹੋ ਰਹੇ ਨੇ, ਹਤਾਸ਼ ਹੋ ਰਹੇ ਨੇ। ਸੋ ਇਸ ਕਰਕੇ ਬੇਨਤੀ ਨੂੰ ਸਵੀਕਾਰ ਕੀਤਾ ਜਾਵੇ ਜੀ। ਵਜੇ ਵਿਜ਼ਨ ਰੈਪਅਪ ਕਰਦਾ, ਤੁਸੀਂ ਬਣੇ ਰਹਿਣਾ ਜੀ ਵਿਪਤੀ ਨਵਾਂ ਸ਼ਹਿਰ ਦੇ ਨਾਲ, ਆਪਣੇ ਛੋਟੇ ਵੀਰ ਦਿਨੇਸ਼ ਸੂਰੀ, ਕੈਮਰਾ ਪਰਸਨ ਵਿਜੇ ਕੁਮਾਰ ਨੂੰ, ਨਹਿਰੂ ਗੇਟ ਤੋਂ ਜਾ ਸਕਦਾ, ਬਹੁਤ ਜਲਦੀ ਫਿਰ ਹਾਜ਼ਰ ਹੋਣੇ। ਸਤਿ ਸ਼੍ਰੀ ਅਕਾਲ, ਰੱਬ ਰੱਖਾ।